15 ਦਿਨਾਂ ਚ ਹੀ, ਯਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਊਂਸ ਕਰ ਦਾਂਗੇ, 14 ਦੀਆਂ 14 ਜਿੱਤਾਂਗੇ। ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ। ਆਪਣਾ ਆਸਾ ਹੈ ਤੁਹਾਡਾ ਤੁਹਾਡਾ ਬਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਓ। 14 ਦੀਆਂ 14 ਤੁਹਾਨੂੰ ਐਸੇ ਮਹੀਨੇ ਚ ਉਮੀਦਵਾਰਾਂ ਦੇ ਨਾਮ ਦੱਸ ਦਾਂਗੇ, ਕਿਆ ਲੜੂਗਾ ਤੁਹਾਡਾ ਉਮੀਦਵਾਰ ਹੋਊਗਾ। ਇਹਨਾਂ ਦੀਆਂ ਅੱਕੜਾਂ ਹਜੇ ਹੈਗੀਆਂ ਨੇ, ਹਜੇ ਛੋਟੇ ਛੋਟੇ ਸਰੀਏ ਤਾਂ ਕੱਢਤੇ, ਹਜੇ ਗਰਦਨਾਂ ਚ ਕਿੱਲ ਪਏ ਨੇ ਛੋਟੇ ਛੋਟੇ, ਉਹ ਕਿੱਲ ਵੀ 14 ਜ਼ੀਰੋ ਜਾਣਗੇ, ਉਹ ਕਿੱਲ ਵੀ ਨਿਕਲ ਜਾਣਗੇ। ਮੈਂ ਬੜੇ ਆਰਾਮ ਨਾਲ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ। ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ, ਪਰ ਇਹਨਾਂ ਦਾ ਖਾਤਮਾ ਕਰੋ, ਨਿਬੇੜੋ ਇਹਨਾਂ ਨੂੰ, ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹ ਕੋਈ। ਇਹ ਆਉਣ ਵਾਲੇ 10-15 ਦਿਨਾਂ ਚ ਹੀ, ਯਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਊਂਸ ਕਰ ਦਾਂਗੇ, 14 ਦੀਆਂ 14 ਜਿੱਤਾਂਗੇ। ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ। ਆਪਣਾ ਆਸਾ ਹੈ ਤੁਹਾਡਾ ਤੁਹਾਡਾ ਬਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਓ। 14 ਦੀਆਂ 14 ਤੁਹਾਨੂੰ ਐਸੇ ਮਹੀਨੇ ਚ ਉਮੀਦਵਾਰਾਂ ਦੇ ਨਾਮ ਦੱਸ ਦਾਂਗੇ, ਕਿਆ ਲੜੂਗਾ ਤੁਹਾਡਾ ਉਮੀਦਵਾਰ ਹੋਊਗਾ। ਇਹਨਾਂ ਦੀਆਂ ਅੱਕੜਾਂ ਹਜੇ ਹੈਗੀਆਂ ਨੇ, ਹਜੇ ਛੋਟੇ ਛੋਟੇ ਸਰੀਏ ਤਾਂ ਕੱਢਤੇ, ਹਜੇ ਗਰਦਨਾਂ ਚ ਕਿੱਲ ਪਏ ਨੇ ਛੋਟੇ ਛੋਟੇ, ਉਹ ਕਿੱਲ ਵੀ 14 ਜ਼ੀਰੋ ਜਾਣਗੇ, ਉਹ ਕਿੱਲ ਵੀ ਨਿਕਲ ਜਾਣਗੇ। ਮੈਂ ਬੜੇ ਆਰਾਮ ਨਾਲ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ। ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ, ਪਰ ਇਹਨਾਂ ਦਾ ਖਾਤਮਾ ਕਰੋ, ਨਿਬੇੜੋ ਇਹਨਾਂ ਨੂੰ, ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹ ਕੋਈ ਗੱਲ ਨਿਕਲ ਨਾ ਸਕੇ। ਇਹ ਆਉਣ ਵਾਲੇ 10-15 ਦਿਨਾਂ ਚ ਹੀ, ਯਾਨੀ ਕਿ ਐਸੇ ਮਹੀਨੇ ਦੇ ਅਖੀਰ ਚ ਅਸੀਂ ਪੰਜਾਬ ਦੇ ਲੋਕ ਸਭਾ ਦੇ 13 ਦੇ 13 ਉਮੀਦਵਾਰ ਤੇ ਚੰਡੀਗੜ੍ਹ ਦੇ ਉਮੀਦਵਾਰ ਦਾ ਨਾਮ ਅਨਾਊਂਸ ਕਰ ਦਾਂਗੇ, 14 ਦੀਆਂ 14 ਜਿੱਤਾਂਗੇ। ਹੱਥ ਖੜੇ ਕਰਕੇ ਇਸ ਗੱਲ ਦੀ ਮਨਜ਼ੂਰੀ ਦੇ ਦਿਓ। ਆਪਣਾ ਆਸਾ ਹੈ ਤੁਹਾਡਾ ਤੁਹਾਡਾ ਬਸ ਚਲੇ ਤਾਂ ਅੱਜ ਹੀ ਵੋਟਾਂ ਪਵਾ ਲਓ। 14 ਦੀਆਂ 14 ਤੁਹਾਨੂੰ ਐਸੇ ਮਹੀਨੇ ਚ ਉਮੀਦਵਾਰਾਂ ਦੇ ਨਾਮ ਦੱਸ ਦਾਂਗੇ, ਕਿਆ ਲੜੂਗਾ ਤੁਹਾਡਾ ਉਮੀਦਵਾਰ ਹੋਊਗਾ। ਇਹਨਾਂ ਦੀਆਂ ਅੱਕੜਾਂ ਹਜੇ ਹੈਗੀਆਂ ਨੇ, ਹਜੇ ਛੋਟੇ ਛੋਟੇ ਸਰੀਏ ਤਾਂ ਕੱਢਤੇ, ਹਜੇ ਗਰਦਨਾਂ ਚ ਕਿੱਲ ਪਏ ਨੇ ਛੋਟੇ ਛੋਟੇ, ਉਹ ਕਿੱਲ ਵੀ 14 ਜ਼ੀਰੋ ਜਾਣਗੇ, ਉਹ ਕਿੱਲ ਵੀ ਨਿਕਲ ਜਾਣਗੇ। ਮੈਂ ਬੜੇ ਆਰਾਮ ਨਾਲ ਅਗਲੇ 3 ਸਾਲ ਤੁਹਾਡੇ ਹੱਕ ਦੇ ਵਿੱਚ ਕੰਮ ਕਰੂੰਗਾ। ਆ ਜਿਹੜੀਆਂ ਛੋਟੀਆਂ ਮੋਟੀਆਂ ਰੋਕਾਂ ਪਾਉਂਦੇ ਨੇ, ਪਰ ਇਹਨਾਂ ਦਾ ਖਾਤਮਾ ਕਰੋ, ਨਿਬੇੜੋ ਇਹਨਾਂ ਨੂੰ, ਦੰਦਲ ਪਾਓ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਮੂੰਹ ਕੋਈ ਗੱਲ ਨਿਕਲ ਨਾ ਸਕੇ।